ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਉਣ ਲੱਗੇ ਹਾਂ ਦਲੀਏ ਦਾ ਪ੍ਰਸਾਦ। ਇਹ ਆਪਾਂ ਨੇ ਦੇਸੀ ਘੀ ਲੈ ਲਿਆ, ਇਹ ਦਲੀਆ, ਅਤੇ ਇਹ ਆਪਾਂ ਨੇ ਲੈ ਲਈ ਚੀਨੀ, ਅਤੇ ਇਹ ਪਾਣੀ ਆ। ਚਲੋ ਜੀ, ਆਪਾਂ ਕੜਾਹੀ ਪੈਨ ਧਰਤਾ, ਪਾਣੀ ਸੁੱਕ ਲੈਣ ਦਿਓ, ਗਰਮ ਹੋ ਜਾਣ ਦਿਓ। ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਦੇਸੀ ਘੀ, ਅੱਜ ਆਪਾਂ ਦਲੀਏ ਦਾ ਪ੍ਰਸਾਦ ਬਣਾਵਾਂਗੇ ਜੀ, ਜਿਵੇਂ ਗੁਰਦੁਆਰਿਆਂ 'ਚ ਹੁੰਦਾ, ਬਹੁਤ ਵਧੀਆ ਲੱਗਦਾ। ਦਸਵੀਂ ਦਾ ਮੱਥਾ ਟੇਕਣਾ ਆਪਾਂ ਬਾਬਾ ਜੀ ਦਾ। ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਲੈਂਦੇ ਹਾਂ, ਘਿਓ ਨੂੰ ਗਰਮ ਕਰਦੇ ਹਾਂ ਜੀ ਚੰਗੀ ਤਰ੍ਹਾਂ। ਘਿਓ ਆਪਣਾ ਗਰਮ ਹੋ ਗਿਆ ਜੀ, ਹੁਣ ਇਹਦੇ ਵਿੱਚ ਆਪਾਂ ਦਲੀਆ ਪਾ ਦਿੰਦੇ ਹਾਂ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ ਦਲੀਏ ਨੂੰ। ਇਹਨੂੰ ਬਰਾਊਨ ਹੁੰਦੇ ਤੱਕ ਭੁੰਨਾਂਗੇ ਜੀ। ਹੁਣ ਆਪਾਂ ਇਹ ਦਲੀਆ ਥੋੜ੍ਹਾ ਜਿਹਾ ਮੋਟਾ ਦੀ ਆਪਾਂ ਮਿਕਸੀ 'ਚ ਪਾ ਕੇ ਗ੍ਰੈਂਡ ਕਰ ਲਿਆ। ਦਲੀਆ ਆਪਣਾ ਬਰਾਊਨ ਹੋ ਗਿਆ ਜੀ, ਹੁਣ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ ਚੀਨੀ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਦਲੀਏ 'ਚ ਮਿਕਸ ਕਰ ਦਿੰਦੇ ਹਾਂ। ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰਦੇ ਹਾਂ ਜੀ। ਪਾਣੀ ਆਪਾਂ ਥੋੜ੍ਹਾ ਜਿਹਾ ਵੱਧ ਪਾਵਾਂਗੇ,
ਤਾਂ ਜੋ ਆਪਣਾ ਦਲੀਆ ਚੰਗੀ ਤਰ੍ਹਾਂ ਫੁੱਲ ਸਕੇ। ਥੋੜ੍ਹਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦਾਂਗੇ। ਆਮ ਪ੍ਰਸ਼ਾਦਾਂ ਨੂੰ ਪਾਣੀ ਆਪਾਂ ਇਹ 'ਚ ਥੋੜ੍ਹਾ ਜਿਹਾ ਵੱਧ ਪਾਵਾਂਗੇ ਜੀ, ਜਿਵੇਂ ਦੂਜਿਆਂ 'ਚ ਇੱਕ ਗਲਾਸ ਪਾਉਣੇ ਆ, ਇਹ 'ਚ ਥੋੜ੍ਹਾ ਜਿਹਾ ਉੱਪਰ ਪਾ ਲਏ ਵੀ, ਸਵਾ ਗਲਾਸ ਪਾਣੀ ਦਾ ਪਾ ਲਏ ਵੀ। ਮੈਂ ਜਿੰਨਾ ਦੇਰ ਆਪਣਾ ਪ੍ਰਸ਼ਾਦ ਸੰਘਣਾ ਨਹੀਂ ਹੁੰਦਾ ਜੀ, ਕੈੜਾ ਨਹੀਂ ਹੁੰਦਾ, ਉਨਾ ਚਿਰ ਆਪਾਂ ਹੀ ਚਮਚਾ ਫੇਰਾਂਗੇ, ਜਿੰਨਾ ਚਿਰ ਆਪਣਾ ਪ੍ਰਸ਼ਾਦ ਘਿਓ ਨਹੀਂ ਛੱਡਦਾ। ਗੈਸ ਆਪਾਂ ਨੇ ਕੀਤਾ ਹੋਇਆ ਸਲੋ। ਲਓ ਜੀ ਆਪਣਾ ਪ੍ਰਸ਼ਾਦ ਇਕੱਠਾ ਹੋਣ ਲੱਗ ਗਿਆ। ਲਓ ਜੀ ਆਪਣੇ ਪ੍ਰਸ਼ਾਦ ਨੇ ਘਿਓ ਛੱਡਤਾ, ਕੜਾਹੀ ਛੱਡ ਦਿੱਤੀ ਹੈ, ਆਪਣੇ ਪ੍ਰਸ਼ਾਦ ਨੇ ਬਣ ਕੇ ਤਿਆਰ ਆ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਲਓ ਜੀ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਆ, ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ। ਚਲੋ ਜੀ ਇਹਨੂੰ ਆਪਾਂ ਹੁਣ ਇੱਕ ਬੋਲ 'ਚ ਪਾ ਲੈਂਦੇ ਹਾਂ। ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੀ ਇਹ ਪ੍ਰਸ਼ਾਦ, ਆਪਾਂ ਜਿਵੇਂ ਗੁਰਦੁਆਰਿਆਂ 'ਚ ਪ੍ਰਸ਼ਾਦ ਮਿਲਦਾ ਆਪਾਂ ਨੂੰ ਉਵੇਂ ਦਾ ਬਣ ਜਾਂਦਾ, ਬਹੁਤ ਵਧੀਆ ਲੱਗਦਾ ਖਾਣ ਨੂੰ, ਟੇਸਟ ਲੱਗਦਾ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ।
चैनल नू सबसक्राइब जरूर कर लो। चलो जी मिलते हैं किसे होर वीडियो च, तब तक ले सारे नू प्यार भरी सत श्री अकाल, धन्यवाद जी।